ਸਤਿਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 10:35, ਅੱਜ ਮੈਂ ਪਹਿਲਾਂ ਹੀ ਦੇਖ ਲਿਆ ਟਾਈਮ, ਅਤੇ ਇਸ ਟਾਈਮ ਆਪਾਂ ਮੌਜੂਦ ਹਾਂ ਆਪਣੇ ਖੇਤਾਂ 'ਚ, ਅਤੇ ਪਾਣੀ ਛੱਡਿਆ ਵਾ ਇੱਧਰ ਇੱਧਰ ਮਾਂ ਮੂੰਹ ਜੇ ਬੀਜੇ ਹੋਏ ਸੀਗੇ, ਇਹਨੂੰ ਭਰ ਕੇ ਉੱਧਰ ਭਰਨਾ, ਅਤੇ ਆ ਨਾਲ ਵਾਲੇ ਬੰਦੇ ਨੇ ਲਾਤੀ ਸੀਗੀ ਅੱਗ ਇੱਧਰ, ਠੀਕਾ, ਅਤੇ ਉਹ ਅੱਗ ਹੁਣ ਬੁਝਾਉਣ ਲੱਗੇ ਵੇ ਆ ਉੱਧਰ, ਉਹ ਆਪਣੇ ਖੇਤਾਂ 'ਚ ਵੜ ਗਈ, ਆਪਾਂ ਨਹੀਂ ਲਾਈ ਬਾਈ। ਆ ਦੇਖ ਲਓ ਇੱਧਰ ਇੱਕਣੇ ਪਏ ਆ, ਠੀਕਾ, ਅਤੇ ਡੈਡੀ ਚਲੇ ਗਿਆ ਅੰਬਾਲੇ ਕਿਉਂਕਿ ਇਹਨੂੰ ਕੰਮ ਸੀਗਾ, ਟੈਸਟ ਹੋਣੇ ਸੀ ਇਹਦਾ ਕਰਕੇ, ਅਤੇ ਆਪਣੀ ਡਿਊਟੀ ਲੱਗ ਗਈ ਖੇਤਾਂ 'ਚ। ਹੁਣ ਉਰੇ ਆ ਭਰ ਕੇ ਫਿਰ ਆਪਾਂ ਅੱਜ ਗੱਡੀ ਕੋਲ ਜਾਵਾਂਗੇ। ਫੋਨ ਆ ਗਿਆ, ਇੱਕ ਫੋਨ ਸੁਣ ਲਈਏ ਪਹਿਲਾਂ ਬਾਈ ਦਾ। ਅਤੇ ਮੋਟਰ 'ਤੇ ਦੇਖ ਸਕਦੇ ਤੁਸੀਂ ਆਪਾਂ ਬੂਟੇ ਬਾਟੇ, ਇਹ ਤਾਂ ਪਹਿਲੇ ਹੀ ਲੱਗੇ ਵੇ ਦੇ, ਇੱਕ ਆਹ ਇੱਕ ਉਹ ਅੰਬ ਵਾਲਾ ਜਿਹੜੇ ਆਪਾਂ ਲਾਏ ਆ, 1, 2, 3, 4, 5, 6, 7, 8, 9 ਅੱਠਵਾਂ ਬੂਟੇ ਲਾਏ, ਇੱਕ ਇੱਧਰ ਲਾਇਆ ਤਾਂ ਉਹ ਹੋਇਆ ਨਹੀਂ। ਅਤੇ ਆਹ ਬੂਟੇ ਬਈ ਇਹਨਾਂ ਦੇ ਬੈਰੀਆਂ ਆਪਾਂ ਇਹ ਪੱਟ ਦਿੰਦੇ ਹਾਂ, ਪੱਟੇ ਨਹੀਂ ਹੁੰਦਾ ਸਾਲਾ। ਦੋ ਹੱਥਾਂ ਨਾਲ ਪੱਟ ਹੁੰਦਾ ਕਿਉਂਕਿ ਇਹ ਫਿਰ ਇੱਕ ਹੋਇਆ ਵਾ ਨਾ, ਕਈ ਹੋ ਜਾਂਦੇ ਆ। ਆ ਬਈ ਹਰਮਨ ਖਾ ਰਿਹਾ ਰੋਟੀ, ਅਤੇ ਇਹਨੇ ਵੀ ਨਾਲ ਜਾਣਾ ਆਪਣੇ, ਅਤੇ ਆਪਾਂ ਸਵੇਰੇ ਸਵੇਰੇ ਖਾਂਦੇ ਨਹੀਂ ਰੋਟੀ, ਤੁਹਾਨੂੰ ਪਤਾ ਹੀ ਹੈ, ਹੈ ਨਾ, ਵਰਤ ਵਰਤ ਲੱਸੀ ਪੀ ਕੇ ਜਾਵਾਂਗੇ। ਅਤੇ ਇਹ ਵੀ ਨਾਲੇ ਜਾਊ, ਇਹਨੇ ਉਰੇ ਕੀ ਕਰਨਾ, ਘਰ ਵਿਹਲਾ ਹੀ ਹੈ, ਚਲੋ ਵੀ ਨਾਲ ਨਹੀਂ, ਇਹਨੇ ਬਾਪੂ ਨੇ ਇਹਦੇ ਲਾ ਕੇ ਰੱਖਣਾ ਤਾਂ ਉਰੇ ਕਿਤੇ ਨਾ ਕਿਤੇ, ਉੱਥੇ ਜਾ ਕੇ ਏ ਸੀ 'ਚ ਬੈਠ ਜਾਵਾਂਗੇ ਆਰਾਮ ਨਾਲ। ਮੈਂ ਵੀ ਮੁੰਡੇ ਕਹਿੰਦੇ ਬੁਲਟਾਂ 'ਤੇ ਜਾਣਾ, ਹੈ ਇਹ ਵੀ ਜਾਣਗੇ ਨਾਲ ਦੋ, ਇਹ ਆਪਣੇ ਸੁੱਬੀ, ਇਹ ਬਾਈ ਦਾ ਨਾਮ ਕੀ ਆ, ਬੱਬੂ, ਬੱਬੂ ਰਹਿ ਲਾ ਨਾ ਇਹਦਾ ਕੋਲ, ਇੱਕ ਫਿਰ ਅਤੇ ਲਓ ਵੀ ਹੁਣ ਤੁਹਾਨੂੰ ਮਿਲਦੇ ਹਾਂ ਆਪਾਂ ਜਾ ਕੇ ਸਿੱਧਾ ਗੱਡੀ ਲਵੇ ਆਪਣੀ, ਦਿਖਾਉਂਦੇ ਹਾਂ ਵੀ ਅੱਜ ਕਿਆ ਕਿਆ ਕੰਮ ਹੋਇਆ ਵਾ। ਲਓ ਵੀ ਮਿੱਤਰੋ ਆਪਾਂ ਗੱਡੀ ਕੋਲ ਆਪਣੀ, ਅਤੇ ਕੰਮ ਦੇਖ ਸਕਦੇ ਹਾਂ ਆਹ ਕੀਤਾ ਇਹਨਾਂ ਨੇ ਕੱਲ੍ਹ, ਅਤੇ ਆਹ ਪੰਨੀ ਲਾਈ ਆ ਬਸ। ਆ ਜਾਵੇ ਫਿਰ ਪੁੱਛਦੇ ਹਾਂ ਜੱਸੀ ਬਾਈ ਨੂੰ ਉੱਚੀ ਗੱਲ, ਨਹੀਂ ਸੱਚ ਉਹ ਵੀ ਕਰ ਪਾ, ਪੈਕਿੰਗ ਦਾ ਜਿਹੜਾ ਰਹਿੰਦਾ ਸੀਗਾ ਨਾ, ਅਤੇ ਫੁੱਲ ਬੜਾ ਫੁੱਲ ਸਵਾਦ ਆ, ਅੱਗੜ ਪਿੱਛੜ ਜਾਇਆ ਕਰਨਗੀਆਂ, ਚਾਰ ਹੋ ਜਾਣਗੀਆਂ, ਫਿਰ ਬਿੰਦਰ ਵਾਲ ਬਿੰਦਰ ਨੂੰ ਵੀ ਦੇ ਰਿਹਾ ਮੈਂ, ਮੈਂ ਕਿਹਾ ਚੱਲ ਨਾਲ, ਤੇ ਬਾਕੀ ਪਿੱਛੇ ਵਾਲਾ ਕੰਮ ਹਲੇ ਉਹੀ ਜਿਹੜਾ ਤੁਸੀਂ ਪਹਿਲਾਂ ਦੇਖਿਆ ਵਾ ਉਹੀ ਆ, ਤੇ ਇੱਧਰ ਵਾਲਾ ਆ ਦੋ ਇਹਨਾਂ ਨੇ ਉਹ ਲਾਏ ਆ, ਅਤੇ ਸਨਮੈਕਾ ਆਪਣਾ ਤੁਸੀਂ ਦੇਖ ਹੀ ਲਿਆ ਹੁਣ ਵੀ ਚਿੱਟੇ ਰੰਗ ਦਾ ਸਨਮੈਕਾ,
ਬਾਈ ਕਹਿੰਦਾ ਕਹਿੰਦਾ ਸਫਾਈ ਬਹੁਤ ਮੰਗੂਗਾ ਕਹਿੰਦਾ, ਮੈਂ ਕਿਹਾ ਅਸੀਂ ਕਰਨੀ ਆ ਸਫਾਈ ਆ, ਇੱਕ ਬੰਦੇ ਦਾ ਸਫਾਈ ਵਾਸਤੇ ਰੱਖਣਾ ਸਪੈਸ਼ਲ। ਤੇ ਆਹ ਮੋਮ ਜਾਮਾ ਲਾਤਾ ਇਹਨਾਂ ਨੇ ਬਾਈ ਪਿੱਛੇ ਦੇ, ਬਈ ਮਿੱਟੀ ਮਾਟੀ ਨਾ ਆਵੇ ਕੋਈ ਅੰਦਰ। ਮੈਂ ਕਿਹਾ ਵਾ, ਮੈਂ ਕਿਹਾ ਵੀ ਮਿੱਟੀ ਨਹੀਂ ਆਉਣੀ ਚਾਹੀਦੀ ਅੰਦਰ। ਅਤੇ ਅੱਜ ਆਹ ਬਲੋਰ ਖਿਲਾਉਂਦੇ ਹਾਂ, ਬਲੋਰ ਖਿਲਾ ਕੇ ਉਰੇ ਉਹ ਖਾਨਾ ਬਣਨਾ ਵੱਡਾ। ਆਪਾਂ ਨੇ ਐੱਲ ਸੀ ਡੀ ਲਵਾ ਦੇਣੀ ਉਹ ਉੱਪਰ, ਐੱਲ ਸੀ ਡੀ ਵਾਲਾ ਜਗਾੜ ਉੱਪਰ ਲੱਗੂਗਾ ਉੱਥੇ। ਲਓ ਮਿੱਤਰੋ, ਢੋ ਕੀਤੀ ਇਹਨਾਂ ਨੇ ਪੱਕੀ ਸੀਗਾ। ਅਤੇ ਬਾਕੀ ਕੰਮ ਹਾਲੇ ਹੋ ਰਿਹਾ, ਅੱਜ ਚਾਦਰਾਂ ਲੱਗ ਜਾਣਗੀਆਂ ਪਿੱਛੇ ਵਾਲੀਆਂ। ਜੱਸੀ ਬਾਈ ਆ ਗਿਆ ਹੈ, ਚਾਦਰਾਂ ਲੱਗ ਜਾਣਗੀਆਂ ਅੱਜ। ਅੱਛਾ ਹਾਂ, ਹਾਂਜੀ ਮਿੱਤਰੋ, ਅੱਜ ਆਪਾਂ ਨੂੰ ਦੂਜਾ ਦਿਨ। ਅਤੇ ਹੁਣ ਉੱਠ ਕੇ ਆਏ ਹਾਂ ਵਾਲ ਵੂਲ ਕਟਾਉਣ, ਇਹਦੇ ਵਾਲ ਕਟਾਉਣੇ ਆ, ਇਹਦੇ ਕਟਾਉਣੇ। ਅਤੇ ਨਹਾ ਨਹੂ ਕੇ, ਮੋਟਰ ਚੱਲਦੀ ਪਈ ਆ, ਨਹਾ ਕੇ ਫਿਰ ਜਾਂਦੇ ਹਾਂ ਗੱਡੀ ਕੋਲ, ਫਿਰ ਦਿਖਾਉਂਦੇ ਹਾਂ ਤੁਹਾਨੂੰ। ਕਿਉਂਕਿ ਕੱਲ੍ਹ ਇੰਨਾ ਕੰਮ ਖਾਸ ਕੋਈ ਹੋਇਆ ਨਹੀਂ, ਜਿਹੜਾ ਮੋਟਾ ਮੋਟਾ ਕੰਮ ਹੋਇਆ ਉਹ ਤੁਹਾਨੂੰ ਦਿਖਾ ਦਿੱਤਾ ਸੀਗਾ ਅਸੀਂ ਪਿਛਲੇ ਵਾਲੀ ਕਲਿੱਪਾਂ 'ਚ। ਅਤੇ ਅੱਜ ਵਾਲੀ ਕਲਿੱਪ ਫਿਰ ਜਾ ਕੇ ਹੁਣ ਬਣਾਉਂਦੇ ਹਾਂ, ਕਿਉਂਕਿ ਥੋੜ੍ਹੀ ਥੋੜ੍ਹੀ ਉਹ ਕਰੀ ਜਾਈਏ ਫਿਰ ਪਤਾ ਨਹੀਂ ਲੱਗਦਾ ਹੈ ਨਾ ਕੰਮ ਦਾ। ਅਤੇ ਹੁਣ ਅੱਜ ਚਾਦਰਾਂ ਚੁਦਰਾਂ ਖੜੀਆਂ ਕਰਨੀਆਂ ਉਹਨੇ ਜਾ ਕੇ। ਅਤੇ ਲਓ ਮਿੱਤਰੋ, ਪਹੁੰਚ ਗਏ ਆਪਾਂ ਆਪਣੀ ਗੱਡੀ ਕੋਲ। ਅੱਜ ਇਹਨਾਂ ਨੇ ਚਾਦਰਾਂ ਲਾਉਣੀਆਂ ਸ਼ੁਰੂ ਕਰਤੀਆਂ। ਅਤੇ ਬਾਈ ਜਿਹੜੇ ਕਹਿੰਦੇ ਸੀ ਵੀ ਪ੍ਰੇਮਰ ਨੇ ਮਾਰਿਆ ਵਾ, ਬਾਈ ਆਹ ਅੰਦਰ ਅੰਦਰ ਮਾਰਿਆ ਵਾ ਪ੍ਰੇਮਰ, ਆਹ ਦੇਖ ਲਓ ਹੈ ਨਾ। ਅਤੇ ਇੱਥੇ ਜਦ ਬਾਹਰ ਉਹ ਹੋ ਜੂਗਾ, ਬਾਹਰ ਵਾਲਾ ਫੇਰ ਵੱਜੂਗਾ, ਜਿਹੜਾ ਅੰਦਰ ਵੱਜਣਾ ਉਹ ਇਹਨਾਂ ਨੇ ਪ੍ਰੇਮਰ ਮਾਰਿਆ ਵਾ ਠੀਕ। ਅਤੇ ਬਾਕੀ ਅੰਦਰ ਜਿਹੜਾ ਜਾਲ ਵਾਲੇ ਨੂੰ ਕਹਿੰਦੇ ਤੇ ਬਾਈ ਹੈ ਨਾ, ਉਹਦਾ ਵੀ ਮੈਂ ਦਿਖਾ ਦਿੰਦਾ ਤੁਹਾਨੂੰ। ਉਹਨਾਂ 'ਚ ਵੀ ਪ੍ਰੇਮਰ ਮਾਰ ਕੇ ਸੈੱਟ ਕੀਤਾ ਵਾ ਉਹਨਾਂ ਨੇ ਸਾਰਾ, ਕੋਈ ਐਂ ਨਹੀਂ ਹੈ ਵੀ ਬਿਨਾਂ ਉਹਤੋਂ। ਆਹ ਦੇਖੋ ਆਹ ਪ੍ਰੇਮਰ ਵੱਜਿਆ ਵਾ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਵੀ, ਪੰਨੀ ਇਹਨਾਂ ਨੇ ਬਾਅਦ 'ਚ ਲਾਈ ਆ। ਅਤੇ ਬਾਕੀ ਅੱਜ ਆਹ ਮਗਰਾ ਹਾਟ ਲਾ ਤੇ ਇਹਨਾਂ ਨੇ, ਕਦੇ ਵਧੀਆ ਦੇ ਲਵਾਏ ਆ, ਹਲਕੀ ਨਹੀਂ ਲਵਾਈ। ਅਤੇ ਇੱਧਰ ਸਾਰਾ ਐਂਗਲ ਆਹ ਵੈਲਡਿੰਗ ਹੋਏ ਵੇ ਆ। ਅਤੇ ਇਹਨਾਂ ਦੀ ਜਿਹੜੀ ਆਹ ਦੇਖੋ ਐਨ ਪੂਰੀ ਪੂਰੀ ਕਟਿੰਗ ਆ। ਅਤੇ ਅੱਜ ਆਪਣੇ ਨਾਲ ਹਰਮਨ, ਦੋਵੇਂ ਹਰਮਨ ਆਏ ਆ, ਉਹ ਵੀ ਹਰਮਨ, ਇਹਦਾ ਗੋਤ ਵੀ ਆਪਣੇ ਵਾਲਾ ਬਾਈ ਭੰਗੂ, ਹਰਮਨ ਭੰਗੂ। ਅਤੇ ਇੱਧਰ ਹਰਮਨ ਟਵਾਣਾ, ਮੁੱਛਾਂ ਦਿੰਦਾ ਚੋਪਰ ਕੀੜੇ। ਅਤੇ ਕੁੰਡੀਆਂ ਦਿਖਾਉਂਦਾ ਮੈਂ ਤੁਹਾਨੂੰ, ਕੁੰਡੀਆਂ ਆਪਾਂ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਉੱਪਰ ਲਾਉਣੀਆਂ ਸਿਰੇ 'ਤੇ, ਅਤੇ ਇੱਥੇ ਹੀ ਲੱਗਣਗੀਆਂ ਆਪਣੀਆਂ ਕੁੰਡੀਆਂ ਐਨ ਸਿਰੇ 'ਤੇ, ਇੱਥੇ ਆ ਜੂਗਾ ਫਿਰ ਭੰਗੂ ਭੰਗੂ ਆ। ਭੰਗੂ ਅਤੇ ਇੱਕ ਆਪਣੇ ਬਣਵਾਉਣਾ ਖੰਡਾ ਵਾ, ਹੋਰ ਬਾਡੀ ਸਾਫ਼ ਰੱਖਣੀ ਆ, ਹੋਰ ਕੋਈ ਝੰਡਾ ਝੁੰਡਾ ਨਹੀਂ ਬਣਾਉਣਾ। ਜਿਹੜੀ ਉਹ ਵਾਲੀ ਲਾਰਾ ਉਹਦੇ 'ਤੇ ਸਟੀਲ ਲੱਗੂਗੀ ਸਾਰੇ 'ਤੇ। ਇਹ ਬਾਈ ਬੰਦਾ ਮਸ਼ੀਨਾਂ ਚਲਾ ਲੈਂਦਾ, ਟਰੈਕਟਰ ਚਲਾ ਲੈਂਦਾ,
ਉਧਰ ਵਾਲੀਆਂ ਚਾਦਰਾਂ ਇਹਨਾਂ ਨੇ ਰੱਖਤੀਆਂ ਦੀਆਂ ਤੇ ਇੱਧਰ ਵਾਲੀਆਂ ਕਰਤੀਆਂ ਸ਼ੁਰੂ ਰੱਖਣੀਆਂ ਤੇ ਟੱਪਕੀ ਆਪਾਂ ਨੇ ਇੱਕੇ ਰਖਾਈ ਹੈ ਬਾਈ ਪਰਲੇ ਪਾਸੇ ਉਹ ਜਿਹੜੀ ਜੰਮੂ ਵਾਲੀ ਬਾਈ ਦੀ ਗੱਡੀ ਆ ਉਹਨੇ ਦੋ ਟਾਕੀਆਂ ਰਖਾਈਆਂ ਆਪਾਂ ਨੇ ਇੱਕੇ ਰਖਾਈ ਆ ਤੇ ਬਾਕੀ ਲਰਾਂ ਹਾਲੇ ਹੋਰ ਸੁੱਕਣਗੀਆਂ ਤਾਂ ਜਾ ਕੇ ਸਟੀਲ ਲਾਵਾਂਗੇ ਹਲੇ ਆਪਾਂ ਹਲੇ ਨਹੀਂ ਲਵਾਉਂਦੇ ਹੈਗੇ ਜਿੱਦਣ ਲਾਸਟ ਜਿਹਾ ਕੰਮ ਹੋਊਗਾ ਨਾ ਫਿਰ ਉਰੇ ਸਟੀਲ ਲਵਾਵਾਂਗੇ ਕਿਉਂਕਿ ਹੋਰ ਸੁੱਕ ਲੈਣ ਦੇ ਇਹਨਾਂ ਨੂੰ ਜਿੰਨੀਆਂ ਸੁੱਕਦੀਆਂ ਅਤੇ ਬਾਈ ਬੱਤੇ ਕਹਿੰਦੇ ਆ ਬਾਈ ਵੀ ਪੇਂਟ ਕਰਵਾ ਲਾ ਬਾਈ ਬੱਤੇ ਹਲੇ ਪੇਂਟ ਨਹੀਂ ਕਰਵਾਉਣੇ ਕਿਉਂਕਿ ਜਿਹੜੀ ਆਹ ਮਲੇਸ਼ੀਆ ਸਾਲ ਆ ਨਾ ਇਹ ਸੁੱਕਦੀ 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 ਆ ਜਿਹੜੀ ਕਾਪੀ ਹੁੰਦੀ ਆ ਉਹ ਛੇਤੀ ਸੁੱਕ ਜਾਂਦੀ ਆ ਹੈ ਨਾ ਜੇ ਇਹਨੂੰ ਆਪਾਂ ਹੁਣੇ ਪੇਂਟ ਕਰਾ ਦਾਂਗੇ ਨਾ ਫਿਰ ਉਹ ਸੁੱਕਣੀ ਨਹੀਂ ਜੇ ਉਹ ਸੁੱਕੂਗੀ ਨਹੀਂ ਅੰਦਰੇ ਉਹ ਭੂਰ ਜਿਹਾ ਬਣ ਜਾਂਦਾ ਇਹਨੂੰ ਬਾਅਦ 'ਚ ਉਹ ਕਰਾਵਾਂਗੇ ਪੇਂਟ ਹਲੇ ਨਹੀਂ ਪੇਂਟ ਕਰਾਉਣਾ ਹੈਗਾ ਬਾਕੀ ਜਿਹੜੀ ਗੱਲ ਤੁਸੀਂ ਉਹ ਕਹੀ ਸੀਗੀ ਪ੍ਰਾਈਮਰ ਵਾਲੀ ਪ੍ਰਾਈਮਰ ਵੱਜਿਆ ਵਾ ਬਾਈ ਇਹ ਆ ਦੇਖੋ ਆ ਸਾਰਾ ਪ੍ਰਾਈਮਰ ਵੱਜਿਆ ਵਾ ਹਾਂ ਬਿਨਾਂ ਪ੍ਰਾਈਮਰ ਮਾਰੇ ਨਹੀਂ ਕੰਮ ਚੱਲ ਰਿਹਾ ਹੈ ਅਤੇ ਆਪਾਂ ਦੇਖਦੇ ਹਾਂ ਉੱਪਰ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਬਈ ਫੋਮ ਜੇ ਪੈਂਦੀ ਹੋਈ ਵੀ ਉੱਪਰ ਫੋਮ ਪਵਾ ਲਈ ਵੀ 5 ਡਿਗਰੀ ਦਾ ਫਰਕ ਪੈ ਜਾਂਦਾ ਕਹਿੰਦੇ ਟੈਂਪਰੇਚਰ ਦਾ ਅਤੇ ਉਹ ਵੀ ਦੇਖਾਂਗੇ ਬਾਈ 400-500 ਦੀ ਆਉਣੀ ਆ ਯਾਰ ਆਪਾਂ ਕੋਲੋਂ ਲਾ ਦਾਂਗੇ ਕੋਈ ਚੱਕਰ ਨਹੀਂ ਪੈਸਿਆਂ ਵਾਲਾ ਕੋਈ ਚੱਕਰ ਨਹੀਂ ਹੋਣਾ ਚਾਹੀਦਾ ਕੰਮ ਹੈ ਨਾ ਅਤੇ ਤੁਹਾਡੇ ਸਾਰਿਆਂ ਦੇ ਬਾਈ ਸੁਝਾਅ ਜਿਹੜੇ ਜਿਹੜੇ ਵੀ ਆ ਰਹੇ ਆ ਸਾਡੇ ਸਿਰ ਮੱਥੇ ਆ ਅਤੇ ਬਾਈ ਐਂ ਨਾ ਸੋਚਿਓ ਵੀ ਮੈਂ ਗੁੱਸਾ ਕਰੂੰਗਾ ਆਪਾਂ ਨੂੰ ਕਿਸੇ ਗੱਲ ਦਾ ਗੁੱਸਾ ਨਹੀਂ ਹੈਗਾ ਬਾਈ ਠੀਕ ਆ ਯਾਰ ਹੁਣ ਤੁਸੀਂ ਮੇਰੇ ਬੜੇ ਭਰਾ ਵਿੱਚੇ ਛੋਟੇ ਭਰਾ ਹੈ ਨਾ ਜੇ ਕੋਈ ਸੁਝਾਅ ਦਿੰਦੇ ਆ ਮੇਰੇ ਫਾਇਦੇ ਵਾਸਤੇ ਹੀ ਦਿੰਦੇ ਆ ਇਹ ਨਾ ਸੋਚਿਓ ਵੀ ਮੈਂ ਗੁੱਸਾ ਕਰੂੰਗਾ ਮੈਂ ਇੱਕ ਬਾਈ ਨੂੰ ਬਾਈ ਨੇ ਨਾ ਬੜਾ ਸਾਰਾ ਕਮੈਂਟ ਕੀਤਾ ਪਤਾ ਕਹਿੰਦਾ ਤੂੰ 15 ਦਿਨ ਬਾਅਦ ਗਿਆ ਬਈ ਤੂੰ ਕਹਿੰਦਾ ਵੀ ਆਹ ਪੰਨੀ ਨਹੀਂ ਪਾਈ ਉਹ ਨਹੀਂ ਕਰਿਆ ਬਾਈ ਮੈਂ ਆਉਂਦਾ ਰੋਜ਼ ਹਾਂ ਠੀਕ ਆ ਜਿੱਦਣ ਤੋਂ ਆਹ ਇਹਦਾ ਮਤਲਬ ਜਾਲ ਬੰਨਿਆ ਉਦਣ ਤੋਂ ਬਾਅਦ ਰੋਜ਼ ਆ ਰਿਹਾ ਮੈਂ ਅਤੇ ਬਲੌਗ ਆਪਾਂ ਵਿੱਚ ਨੂੰ 2-3 ਦਿਨ ਛੱਡ ਕੇ ਫੇਰ ਬਣਾਉਂਦਾ ਮੈਂ ਹੈ ਨਾ ਇਹਦਾ ਇਹ ਮਤਲਬ ਨਹੀਂ ਵੀ ਮੈਂ ਆ ਨਹੀਂ ਰਿਹਾ ਆ ਰਿਹਾ ਬਾਈ ਮੈਂ ਅਰੇ ਹੈ ਨਾ ਜਿਹੜਾ ਕੰਮ ਹੋਣੇ ਵਾਲਾ ਉਹ ਕਰਵਾਈਦਾ ਕਹਿ ਕੇ ਕਰਵਾਈਦਾ ਹੁਣ ਇਹਨਾਂ ਨੂੰ ਕਿਹਾ ਵੀ ਟੂਲ ਵੱਡਾ ਬਣਾਇਓ ਉਰੇ ਹੈ ਨਾ ਵੀ ਭਾਂਡੇ ਵੀ ਰੱਖ ਹੋ ਜਾਣ ਅਤੇ 2 ਬਾਲਟੀਆਂ ਰੱਖ ਹੋ ਜਾਣ ਆਪਣੀਆਂ ਹੈ ਨਾ ਅਤੇ ਇਹ ਵੀ ਆਪਾਂ ਨੇ ਮਜ਼ਬੂਤ ਕਿਹਾ ਸੀਗਾ ਇਹਨਾਂ ਨੂੰ ਵੀ ਮਜ਼ਬੂਤ ਬਣਾਇਆ ਤਾਂ ਮਜ਼ਬੂਤ ਚਾਦਰ ਦਾ ਉਹ ਕਰਿਆ ਇਹਨਾਂ ਨੇ ਠੀਕ ਆ ਬਾਕੀ ਜਿਹੜੀ ਗੱਲ ਇਹਨਾਂ ਦੀ ਗਲਤ ਹੋਊਗੀ ਆਪਾਂ ਇਹਨਾਂ ਨੂੰ ਗਲਤ ਕਹੂੰਗੇ ਅਤੇ ਆਹ ਕੰਮ ਰਹਿੰਦਾ ਸੀਗਾ ਦੇਖੋ ਆਹ ਇਹਨਾਂ ਨੇ ਕਰਾਤਾ ਹੈ ਨਾ ਪੈਚਿੰਗ ਵਾਲਾ ਅਤੇ ਆਹ ਹੈਂਡ ਬ੍ਰੇਕ ਜਾਊਗੀ ਉੱਪਰ ਉੱਥੇ ਅੱਗੇ ਜਾਊਗੀ ਅਤੇ ਬਾਕੀ ਹੋਰ ਵੀ ਕੰਮ ਜਿਹੜਾ ਕੋਈ ਤੁਹਾਨੂੰ ਲੱਗਦਾ ਹੈ ਨਾ ਦੇਖ ਕੇ ਤੁਸੀਂ ਦੱਸ ਸਕਦੇ ਹਾਂ ਅਤੇ ਬਾਕੀ ਉਹ ਆਪਾਂ ਨੇ ਆਹ ਵਾਲੀ ਉੱਪਰ
ਆਹ ਚਾਦਰ ਨਹੀਂ ਲਵਾਉਣੀ ਹੈਗੀ, ਸਟੀਲ ਵਾਲੀ ਆਪਾਂ ਨੇ ਪੇਂਟ ਵਾਲੀ ਉਹ ਕਰਵਾਉਣੀ ਆ, ਸਿਰਫ ਸਟੀਲ ਲੱਗੂਗੀ ਗਲਾਈਆਂ ਗਲਾਈਆਂ 'ਤੇ। ਅਤੇ ਆਹ ਦੇਖੋ ਜਿਵੇਂ ਆਹ ਟੂਲ ਬਣਿਆ ਨਾ, ਆਪਣਾ ਬੜਾ ਟੂਲ ਬਣੂਗਾ ਥੋੜ੍ਹਾ ਜਿਹਾ, ਜਿਹਦੇ 'ਚ ਬਾਲਟੀਆਂ ਆ ਜਾਏ ਕਰਨਾ। ਆਹ ਬਾਈ ਨੇ ਦੋ ਰਖਾਈਆਂ ਟਾਕੀਆਂ, ਆਪਾਂ ਨੇ ਇੱਕ ਰਖਾਈ ਆ। ਪਾਣੀ ਵਾਲੀ ਟੈਂਕੀ ਵੀ ਆਪਾਂ ਪਿੱਛੇ ਹੀ ਦੇਖਦੇ ਹਾਂ ਵੀ ਪਿੱਛੇ ਸੈਟਰ ਵੀ ਪਿੱਛੇ, ਫੱਟਾ ਬਾਕਸ ਵੀ ਪਿੱਛੇ। ਅਤੇ ਹੁਣ ਅੰਦਰ ਚਲਤੇ ਹੈ। ਅਤੇ ਆਹ ਬਾਈ ਦੀ ਗੱਡੀ ਆ, ਆਹ ਜੰਮੂ ਵਾਲੇ ਭਰਾ ਦੀ ਸਾਡੇ ਦੀ। ਅਤੇ ਹੋਰ ਜੱਸੀ ਬਾਈ ਹੈਲਪਰਾਂ ਦਾ ਵੀ ਕਰਾ ਦਿਓ। ਛੋਟੀ ਮੋਟੀ ਗੱਲ ਅਸੀਂ ਮਿੰਟੂ ਸੇਠ ਸਾਡਾ। ਤੇ ਹੁਣ ਕਰਦੇ ਹਾਂ ਅਸੀਂ ਗੱਲਾਂ ਬਾਤਾਂ। ਤੇ ਇੱਧਰ ਫਿਲਮ ਲਾਈ ਹੋਈ ਸੀ ਬਾਈ ਨੇ, ਬੈਠੇ ਆ ਏਸੀ ਜਿਹੇ ਆਰਾਮ ਨਾਲ। ਲਓ ਮਿੱਤਰੋ, ਕਹਿ ਬੰਦੇ ਨਡਾਂ ਨੂੰ ਲੱਗਿਆ ਹੱਥ ਮਾਰਨਾ, ਹੁਣ ਇੱਕ ਵਾਰੀ ਸਾਰੇ ਟਾਇਟ ਕਰ ਲਈਏ ਜਿਹੜੇ ਆ ਹੈਗੇ ਆ ਇੰਨੇ ਵੀ ਸਾਰਿਆਂ ਨੂੰ। ਚਲੋ ਵੀ ਮਿੱਤਰੋ, ਫਰਸ ਆ ਗਿਆ ਆਪਣੀ ਗੱਡੀ ਦਾ। ਇਹ ਵੀ ਮਲੇਸ਼ੀਆ ਸਾਲ ਦਾ ਹੀ ਆਇਆ ਫਰਸ, 32 ਫੁੱਟ ਲੰਬਾ। ਅਤੇ ਅੰਦਰ ਕੈਬਨ ਵਾਲੇ ਲੱਗੇ ਪਈ ਆ, ਪਹਿਲਾਂ ਤਾਂ ਆਏਗਾ ਆ ਮੁਰਲਾ ਖਾਨਾ ਉਹ ਕਰਤਾ ਤਿਆਰ। ਅਤੇ ਆਹ ਬਣਾ ਤੀ ਇਹਨਾਂ ਨੇ ਪੌੜੀ, ਅਤੇ ਚਾਦਰਾਂ ਸਾਨੂੰ ਦਿਖਾਈ ਦਿੱਤੀਆਂ। ਅਤੇ ਹੁਣ ਉਹ ਪਿੱਛੇ ਵਾਲਾ ਖਾਨਾ ਹੋ ਰਿਹਾ ਤਿਆਰ, ਅਤੇ ਇੱਥੇ ਬਣੂਗਾ ਟੂਲ ਬੋਕਸ। ਟੂਲ ਬੋਕਸ ਆਪਾਂ ਨੇ ਵੱਡਾ ਹੀ ਬਣਵਾਇਆ, ਅਤੇ ਚਾਦਰਾਂ ਦਾ ਕੰਮ ਚੱਲ ਰਿਹਾ ਹਲੇ। ਅਤੇ ਬਾਕੀ ਜੋ ਜੋ ਹੋਈ ਜਾਊਗਾ ਤੁਹਾਨੂੰ ਦੱਸੀ ਜਾਵਾਂਗੇ। ਅੱਜ ਤਾਂ ਇਹਨਾਂ ਦੇ ਨਾਟਾਂ ਦੇ ਹੱਥ ਫੇਰਿਆ ਸਾਰਿਆਂ ਦੇ, ਸਾਰੇ ਨਟ ਟਾਇਟ ਕਰੇ ਆਹ, ਅਤੇ ਅੰਦਰ ਵਾਲੇ ਵੀ। ਅਤੇ ਬਾਕੀ ਫੋਟੋ ਖਿੱਚ ਲਈ ਆਪਾਂ ਜਿਹੜੀ ਰੋਜ਼ ਖਿੱਚਦੇ ਹਾਂ। ਲਓ ਵੀ ਮਿੱਤਰੋ, ਫਰਸ ਤੋਂ ਐਂਡ ਹੋਇਆ ਵੀ ਅੱਜ ਹੈ ਤੀਜਾ ਦਿਨ ਆਪਾਂ ਨੂੰ, ਹੈ ਨਾ। ਅਤੇ ਅੱਜ ਤੁਹਾਨੂੰ ਕੰਮ ਦਿਖਾ ਦਿੰਦੇ ਹਾਂ ਕੀ ਹੋਇਆ। ਅਤੇ ਇਹਦਾ ਬਣਦਾ ਪਿਆ ਮੋੜ ਇਹ ਗੱਡੀ ਦਾ, ਅਤੇ ਆਪਣਾ ਕੰਮ ਹੋਇਆ ਅੱਜ ਆਹ। ਇੱਕ ਤਾਂ ਛੱਤ ਲੱਗ ਗਈ, ਅਤੇ ਆਹ ਤਾਂ ਪਹਿਲਾਂ ਹੀ ਲੱਗਿਆ ਵਾ, ਆਹ ਲੱਗਿਆ, ਅਤੇ ਆਹ ਬਕਸਾ ਲੱਗੂਗਾ। ਅਤੇ ਬਾਕੀ ਆਹ ਕੰਮ ਨਿਬੜ ਗਿਆ ਪੌੜੀਆਂ ਦਾ, ਰਿਵਤਾਂ ਕਰਤੀ ਇਹਨਾਂ ਨੇ ਪੱਕੀਆਂ ਚਾਦਰਾਂ ਵਾਲੀਆਂ, ਅਤੇ ਆਹ ਮਗਰਾਟ ਪੱਕੇ ਕਰਤੇ ਸਾਰੇ, ਅਤੇ ਆਹ ਕੁੰਡੀਆਂ
ਇੱਕ ਬੈਲਟਾਂ ਬੁਲਟਾਂ ਪਾਉਣੇ ਨੂੰ ਅਤੇ ਸਾਰੇ ਲਾ ਦੀਆਂ ਅਤੇ ਇਹ ਬਣਦਾ ਪਿਆ ਆਪਣਾ ਟੂਲ ਬੋਕਸ ਇੱਦਾਂ ਹੀ। ਇੱਧਰ ਇਹਨਾਂ ਨੇ ਪੱਕੀਆਂ ਕਰ ਆ ਜੇ ਕੀ ਹਾਲ ਆ ਕਰਤਾ ਤਿਆਰ ਇਹਨਾਂ ਨੇ। ਇਹ ਹੋਊਗਾ ਫੋਲਡਿੰਗ ਕਿਉਂਕਿ ਸਟੱਪਣੀ ਖੋਲਣੀ ਆਪਣਾ ਚੱਕ ਕੇ ਜਦ ਮਰਜ਼ੀ ਤੁਸੀਂ ਖੋਲ ਸਕਦੇ ਆ। ਤੇ ਯਾਰ ਇੱਕ ਕੰਮ ਉੱਧਰ ਹੋ ਗਿਆ ਉਹਨੇ ਛੱਲੇ ਪਾਉਣੇ ਵਿੱਚ ਉਹਦੇ ਜਿਹੜੀ ਰਬੜਾ ਮੰਨਦੇ ਹਾਂ ਨਾ ਆਪਾਂ ਉਹਦੇ ਵਿੱਚ ਗੋਲ ਛੱਲੇ ਬਣਾ ਕੇ ਪਾ ਦੇ ਜਿਹੜੇ ਹਿੱਲਣ ਉਹ ਨਾ ਆ ਛੋਟੇ ਛੱਲੇ ਜੇ ਐਡਾ ਐਡਾ ਕੁ ਹੋਵੇ ਬਸ। ਉਹ ਇਹਨਾਂ ਦੇ ਵਿੱਚ ਫਿਰ ਕਿਉਂ ਉਹ 'ਚ ਪੱਕੀ ਰਹਿੰਦੀ ਆ ਉਹ ਸਾਲੀ ਰਬੜ ਫਿਰ ਹਿੱਲਦੀ ਨਹੀਂ ਉਹ 'ਚ ਹਿੱਲੀ ਜਾਂਦੀ ਆ ਹਿੱਲ ਹਿੱਲ ਕੇ ਫਿਰ ਯਾਰਾਂ ਕਾਲੇ ਕੱਢਦੀ ਆ ਟਾਇਰ। ਅਤੇ ਇੱਧਰ ਵੀ ਇਹਨਾਂ ਨੇ ਸਾਰਾ ਆਹ ਪੱਕਾ ਕਰਤਾ ਕੰਮ। ਲਓ ਵੀ ਮਿੱਤਰੋ ਹੁਣ ਚੱਲਦੇ ਹਾਂ ਆਪਾਂ ਘਰ ਨੂੰ ਕਿਉਂਕਿ ਵੀਡੀਓ ਬਣਾਉਣੀ ਯਾਦ ਨਹੀਂ ਰਹੀ ਹੈ ਇੱਦਾਂ ਹੀ ਕੱਟੀ ਅਤੇ ਕਰਦੇ ਹਾਂ ਆਪਾਂ ਵਲੋਗ ਦਾ ਐਂਡ। ਅਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੋਗ 'ਚ, ਜਦ ਤੱਕ ਰੱਬ ਰਾਖਾ। ਅਤੇ ਬਾਈ ਗੱਡੀ ਦਾ ਨਾਮ ਜ਼ਰੂਰ ਦੱਸੋ ਵੀ ਕੀ ਰੱਖੀਏ ਵਧੀਆ ਜਾਂ ਸੋਚ ਕੇ ਕਮੈਂਟ ਬਾਕਸ 'ਚ ਦੱਸ ਦਿਓ ਸਾਰੇ।